ਬਿਨ ਸ਼ਬਦ ਸਭ ਜਗ ਪੌਰਾਨਾ, ਬਿਨ ਸ਼ਬਦ ਸਭ ਜਗ ਪੌਰਾਨਾ, ਬਿਨ ਸ਼ਬਦ ਸਭ ਜਗ ਪੌਰਾਨਾ, ਪਿੱਛੇ ਬੈਠੀਆਂ ਨੇ ਨਾ, ਮੈਨੂੰ ਜਿੱਥੇ ਤੱਕ ਮੇਰੀ ਨਿਗਾਹ ਜਾ ਰਹੀ ਹੈ ਬਹੁਤਿਆਂ ਦਾ ਧਿਆਨ ਸ਼ਬਦ ਵੱਲ ਨਹੀਂ ਹੈ ਕਿਉਂਕਿ ਆਵਾਜ਼ ਨਹੀਂ ਆ ਰਹੀ ਤੁਹਾਡੀ। ਵੇਖੋ ਉਹ ਕਦੇ ਬੱਚੇ ਅਗਲੀਆਂ ਕਲਾਸਾਂ ਵਿੱਚ ਨਹੀਂ ਜਾਂਦੇ, ਫੇਲ ਹੋ ਜਾਂਦੇ ਨੇ ਜਿਹੜੇ ਟੀਚਰ ਦਾ ਲੈਸਨ ਨਹੀਂ ਸਮਝਦੇ। ਹੁਣ ਗੁਰੂ ਪਾਤਸ਼ਾਹ ਸਾਨੂੰ ਲੈਸਨ ਜੀਵਨ ਦਾ ਦਿੰਦੇ ਪਏ, ਅਸੀਂ ਬੈਠੇ ਹਾਂ ਜਿਵੇਂ ਇੱਕ ਬੁੱਤ ਹੁੰਦਾ ਨਾ, ਬੁੱਤ ਨੂੰ ਭਾਵੇਂ ਜਿੰਨਾ ਮਰਜ਼ੀ ਹਾਰ ਸ਼ਿੰਗਾਰ ਕਰ ਲਓ, ਬੁੱਤ ਨੂੰ ਜਿੰਨਾ ਮਰਜ਼ੀ ਪੱਥਰ ਦੇ ਅੱਗੇ ਬੋਲੋ, ਉਹਨੇ ਕਿਹੜਾ ਬੋਲਣਾ। ਇੱਕ ਬੁੱਤ ਵਾਂਗ ਇੱਥੇ ਆ ਕੇ ਬੈਠੇ ਹੋਏ ਹਾਂ ਅਸੀਂ। ਮੇਰੀ ਬੇਨਤੀ ਹੈ, ਇੰਨਾ ਸੋਹਣਾ ਸਤਿਗੁਰ ਨੇ ਸਰੂਪ ਦਿੱਤਾ, ਆਓ ਇੰਨੇ ਹਾਰ ਸ਼ਿੰਗਾਰ ਦੇ ਨਾਲ ਸੋਹਣਾ ਨਹੀਂ ਬਣਨਾ, ਇੰਨੇ ਗੁਣਾਂ ਦੇ ਨਾਲ ਸੋਹਣਾ ਹੋਣਾ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖ ਭਾਵੇਂ ਕਾਲੇ ਰੰਗ ਦਾ ਹੋਵੇ, ਹੁਣ ਓਬਾਮਾ ਕਿੰਨਾ ਕੁ ਗੋਰਾ ਸੀ, ਉਹਨੂੰ ਰਾਸ਼ਟਰਪਤੀ ਬਣਾ ਦਿੱਤਾ ਸੀ, ਤੇ ਗੁਰੂ ਕਿਰਪਾ ਕਰੇ। ਮੈਂ ਬੇਨਤੀ ਕਰਾਂ ਇੱਥੇ ਦੁਨੀਆਂ ਦੇ ਅੰਦਰ ਨਾ ਰੰਗਾਂ ਦੇ ਨਾਲ ਕਦਰ ਨਹੀਂ,
ਨਾ ਕੋਈ ਕੱਪੜੇ ਮਹਿੰਗੇ ਪਾਉਣ ਦੇ ਨਾਲ ਇੱਥੇ ਕਦਰ ਹੈ, ਇੱਥੇ ਗੁਣਾਂ ਦੇ ਨਾਲ ਕਦਰ ਪੈਣੀ। ਗੁਣ ਕੇਵਲ ਗੁਰੂ ਕੋਲੋਂ ਮਿਲਣੇ ਨੇ, ਬਾਜ਼ਾਰ ਵਿੱਚ ਵਿਕਦੇ ਨਹੀਂ ਗੁਣ। ਦੁਨੀਆ ਤੋਂ ਮਹਿੰਗੀ ਕਾਰ ਬਾਜ਼ਾਰ ਵਿੱਚ ਵਿਕੇਗੀ, ਮਹਿੰਗੇ ਤੋਂ ਮਹਿੰਗਾ ਗਹਿਣਾ ਬਾਜ਼ਾਰ ਵਿੱਚ ਵਿਕੇਗਾ, ਕੱਪੜਾ ਵਿਕੇਗਾ, ਪਰ ਗੁਣ ਨਹੀਂ ਬਾਜ਼ਾਰ ਵਿੱਚ ਵਿਕਦੇ। ਇਹ ਗੁਰੂ ਤੋਂ ਗਿਆਨ ਮਿਲਦਾ, ਕਿਉਂਕਿ ਸਾਡਾ ਗੁਰੂ ਹੀ ਗਿਆਨ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਤੇ ਗੁਰੂ ਗਿਆਨ ਹੈ ਸਾਡਾ। ਗੁਰੂ ਕੇ ਪਿਆਰਿਓ ਆਓ, ਇਸ ਕਰਕੇ ਮੈਂ ਬੇਨਤੀ ਕਰਾਂ ਇਹ ਪੰਕਤੀਆਂ ਨੂੰ ਸਾਰੇ ਰਲ ਕੇ ਪੜੋ। ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਜਿੰਨੀ ਸੰਗਤ ਬੈਠੀ ਹੈ ਉੱਚੀ ਆਵਾਜ਼ ਵਿੱਚ ਸਾਰੇ ਰਲ ਕੇ ਗਾ ਲਓ ਜੀ। ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਅੰਮ੍ਰਿਤ ਇੱਕੋ ਸ਼ਬਦ ਹੈ, ਰਸਨਾ ਹਰ ਸਾਧ ਆਇਆ, ਰਸਨਾ ਹਰ ਸਾਧ ਆਇਆ। ਸਭ ਦੇਹੀ ਨਾ ਉਪਜੈ, ਸਭ ਦੇਹੀ ਨਾ ਉਪਜੈ, ਸਭ ਦੇ ਮੇਲ ਮਿਲਾ।
ਦੇ ਸਭ ਜਗ ਪੌਰਾ।